ਤੇ ਉਹ ਸੰਤਾਂ ਦੀ ਤਸਵੀਰ ਜਿਹੜੀ ਤਸਵੀਰ ਤੋਂ ਹੱਲੇ ਵੀ ਕਈਆਂ ਨੂੰ ਡਰ ਲੱਗਦਾ। ਇੱਥੇ ਨਾ ਯੂਕੇ ਦੀ ਖਾਸੀਅਤ ਇੱਕ ਇਹ ਵੀ ਆ, ਤੁਹਾਨੂੰ ਹਰੇਕ ਗੁਰੂ ਘਰ ਦੇ ਵਿੱਚ ਆਪਣੇ ਜਿਹੜੇ ਸਿੰਘਾਂ ਦੀਆਂ ਸ਼ਹੀਦਾਂ ਦੀਆਂ ਤਸਵੀਰਾਂ ਆਪਾਂ ਨੂੰ ਦੇਖਣ ਨੂੰ ਆਮ ਹੀ ਮਿਲ ਜਾਂਦੀਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਅਤੇ ਅੱਜ ਅਸੀਂ ਖੜ੍ਹੇ ਹਾਂ ਜੀ ਸਾਊਥ ਹਾਲ, ਅਤੇ ਤੁਹਾਨੂੰ ਸਾਊਥ ਹਾਲ ਦੇ ਵਿੱਚ ਮੇਨ ਇੱਕ ਦੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ। ਅਤੇ ਜਿਹੜਾ ਇੱਥੇ ਸਭ ਤੋਂ ਮੇਨ ਗੁਰਦੁਆਰਾ ਸਾਹਿਬ ਆ, ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਸਾਊਥ ਹਾਲ, ਆਓ ਤੁਹਾਨੂੰ ਦਿਖਾਉਂਦੇ ਹਾਂ। ਅਤੇ ਇੱਥੇ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਆ, ਅਤੇ ਜਿਹੜੇ ਗੁਰੂ ਘਰ ਨੂੰ ਰੋਡ ਜਾਂਦਾ ਨਾ, ਉਸ ਰੋਡ ਦਾ ਨਾਂ ਵੀ ਬਾਬੇ ਨਾਨਕ ਦੇ ਨਾਂ 'ਤੇ ਆ, ਅਤੇ ਆਓ ਤੁਹਾਨੂੰ ਦਿਖਾਉਂਦੇ ਹਾਂ। ਇੱਥੇ ਨਾ ਰੋਡ ਕ੍ਰੋਸ ਕਰਨ ਵੇਲੇ ਵੀ ਇੱਥੇ ਸਵਿੱਚ ਪ੍ਰੈਸ ਕਰਕੇ ਵੇਟ 'ਤੇ, ਉਹ ਸਾਹਮਣੇ ਦੇਖੋ ਰੈੱਡ ਲਾਈਟ ਆਉਂਦੀ ਆ, ਅਤੇ ਜਦੋਂ ਉਹ ਗ੍ਰੀਨ ਹੋ ਗਈ ਤਾਂ ਉਦੋਂ ਤੁਸੀਂ ਰੋਡ ਕ੍ਰੋਸ ਕਰ ਸਕਦੇ ਹਾਂ। ਜਾਂ ਵੈਸੇ ਵੀ ਤਾਂ ਮਤਲਬ ਉਹਦੀ ਕਈ ਉਹਨੂੰ ਨਹੀਂ ਵੀ ਫੋਲੋ ਕਰਦੇ, ਜੇ ਤੁਸੀਂ ਵੈਸੇ ਹੀ ਰੋਡ ਦੇ ਵਿੱਚ ਵੀ ਆ ਜਾਂਦੇ ਨਾ, ਤਾਂ ਲੋਕ ਤੁਹਾਨੂੰ ਆਪੇ ਹੀ ਗੱਡੀ ਆਪਣੀ ਰੋਕ ਕੇ, ਅਤੇ ਲੋਕ ਤੁਹਾਨੂੰ ਕਹਿੰਦੇ ਆ ਕਿ ਯਾਰ ਕੋਈ ਨਹੀਂ ਤੁਸੀਂ ਪਹਿਲਾਂ ਲੰਘ ਦਿਓ। ਆ ਦੇਖੋ ਹੁਣ ਜਿੱਦਾਂ ਇਹ ਰੈੱਡ ਲਾਈਟ ਦੇ ਵਿੱਚ ਹੀ ਕ੍ਰੋਸ ਕਰ ਗਏ ਆ, ਹੋ ਗਈ ਸੀ ਗ੍ਰੀਨ। ਅਤੇ ਆਹ ਜਿਹੜਾ ਸਾਰਾ ਰੋਡ ਆ, ਉਹ ਸਾਹਮਣੇ ਗੁਰੂ ਘਰ ਤੁਸੀਂ ਦੇਖ ਸਕਦੇ ਆ ਜਿਹੜਾ ਸਾਰਾ ਰੋਡ ਆ। ਇਸ ਰੋਡ ਦਾ ਨਾਂ ਹੈਗਾ ਗੁਰੂ ਨਾਨਕ ਰੋਡ, ਅਤੇ ਇਹ ਵੀ ਥੋੜ੍ਹਾ ਚਿਰ ਪਹਿਲਾਂ ਹੀ ਕਹਿੰਦੇ ਇਸ ਰੋਡ ਦਾ ਨਾਂ ਗੁਰੂ ਨਾਨਕ ਰੋਡ ਰੱਖਿਆ ਗਿਆ, ਪਹਿਲਾਂ ਇਸ ਰੋਡ ਦਾ ਨਾਂ ਕੋਈ ਹੋਰ ਹੁੰਦਾ ਸੀਗਾ। ਮੈਂ ਵੀ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਗਿਆ, ਬਾਹਰੋਂ ਤਾਂ ਮੇਰੇ ਖਿਆਲ ਨਾਲ ਇੱਥੋਂ ਲੰਘੇ ਹੀ ਬਹੁਤ ਵਾਰੀ ਸ਼ਾਇਦ। ਫਸਟ ਟਾਈਮ ਇਹ ਆ ਕਿ ਮੈਂ ਵੀ ਇਸ ਗੁਰੂ ਘਰ ਦੇ ਅੰਦਰ ਜਾਊਂਗਾ, ਜਿਹੜਾ ਮੇਨ ਉੱਧਰ ਗਲਾਸੀ ਜੰਕਸ਼ਨ ਦੇ ਕੋਲ ਗੁਰਦੁਆਰਾ ਸਾਹਿਬ ਆ, ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਉਸ ਗੁਰੂ ਘਰ ਤਾਂ ਮੈਂ ਗਿਆ ਬਹੁਤ ਵਾਰੀ, ਅਤੇ ਇੱਧਰ ਦੇਖ ਲਓ ਉਹ ਸਾਹਮਣੇ ਬਾਪੂ ਜੀ ਧੁੱਪ ਸੇਕਦੇ ਆ, ਅਤੇ ਇੱਧਰ ਉਹ ਬੈਠੇ ਧੁੱਪ ਸੇਕਣ ਡਏ ਆ। ਅਤੇ ਆਹ ਦੇਖੋ ਜੀ, ਇਹ ਹੈਗਾ ਗੁਰੂ ਨਾਨਕ ਰੋਡ ਦਾ ਬੱਸ ਸਟੋਪ ਹੈ ਇਹ। ਅਤੇ ਆਹ ਹੁਣ ਸਾਹਮਣੇ ਵਿਊ ਦੇਖਿਓ ਜੀ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ, ਅਤੇ ਉਹ ਸੰਤਾਂ ਦੀ ਤਸਵੀਰ ਜਿਹੜੀ ਤਸਵੀਰ ਤੋਂ ਹੱਲੇ ਵੀ ਕਈਆਂ ਨੂੰ ਡਰ ਲੱਗਦਾ। ਇੱਥੇ ਨਾ ਯੂਕੇ ਦੀ ਖਾਸੀਅਤ ਇੱਕ ਇਹ ਵੀ ਆ, ਤੁਹਾਨੂੰ ਹਰੇਕ ਗੁਰੂ ਘਰ ਦੇ ਵਿੱਚ ਆਪਣੇ ਜਿਹੜੇ ਸਿੰਘਾਂ ਦੀਆਂ ਸ਼ਹੀਦਾਂ ਦੀਆਂ ਤਸਵੀਰਾਂ ਆਪਾਂ ਨੂੰ ਦੇਖਣ ਨੂੰ ਆਮ ਹੀ ਮਿਲ ਜਾਂਦੀਆਂ। ਅਤੇ ਇੱਥੇ ਕੋਈ ਇੱਦਾਂ ਦੀ ਨਹੀਂ ਹੈਗੀ, ਸ਼ਾਇਦ ਹੀ ਕੋਈ ਗੁਰੂ ਘਰ ਹੋਊਗੇ ਜਿਹੜੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਸ਼ਹੀਦਾਂ ਦੀਆਂ ਸਿੰਘਾਂ ਦੀਆਂ ਤਸਵੀਰਾਂ ਨਾ ਮਿਲੂਗੀਆਂ। ਅਤੇ ਸਾਰਾ ਡੈਕੋਰੇਟ ਕੀਤਾ ਹੋਇਆ ਦੇਖੋ, ਸਾਰੀਆਂ ਲਾਈਟਾਂ ਲੱਗੀਆਂ ਹੋਈਆਂ, ਇਹ ਰਾਤ ਨੂੰ ਜਗੂਗੀਆਂ। ਆਈ ਥਿੰਕ ਇੱਥੇ ਕੋਈ ਸਮਾਗਮ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ, ਅਤੇ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਅੰਦਰੋਂ ਦਿਖਾਉਣ ਦੀ, ਜੇਕਰ ਕਿਸੇ ਨੇ ਨਾ ਰੋਕਿਆ ਟੋਕਿਆ ਤਾਂ।
ਕਲੋ ਬਈ ਬੱਬੀ ਮੈਂ ਆਪਣੇ ਕੈਮਰੇ ਨਾਲ ਵੀਡੀਓ ਬਣਾ ਸਕਦਾ ਜੀ ਹਾਂਜੀ ਬਣਾ ਲਓ ਠੀਕ ਹੈ ਜੀ ਮਿਹਰਬਾਨੀ ਅਤੇ ਪਰਮਿਸ਼ਨ ਲਈ ਹੈ ਜੀ ਕਿ ਮੋਬਾਈਲ ਲੱਗਾ ਨਾ ਕਿ ਮੋਬਾਈਲ ਤੁਸੀਂ ਆਪਣੇ ਬੰਦ ਰੱਖੋ ਫਿਰ ਮੈਂ ਪੁੱਛਿਆ ਬਾਬਾ ਜੀ ਨੂੰ ਕਿ ਆਪਣੇ ਕੈਮਰੇ ਨਾਲ ਆਪਾਂ ਵੀਡੀਓ ਸ਼ੂਟ ਕਰ ਸਕਦੇ ਕਿ ਨਹੀਂ ਤਾਂ ਉਹ ਕਹਿੰਦੇ ਤੁਸੀਂ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਮੈਂ ਕਿਹਾ ਬੀਬੀ ਜੀ ਖੁੱਲ੍ਹੇ ਗੱਫੇ ਦਿਓ ਆਪਾਂ ਹੈਗੇ ਪ੍ਰਸ਼ਾਦ ਖੁੱਲ੍ਹੇ ਗੱਫੇ ਆ ਚਖਾਉਣ ਵਾਲੇ ਮੈਂ ਵੀ ਪਹਿਲੀ ਵਾਰੀ ਇਸ ਗੁਰੂ ਘਰ ਆਇਆ ਪਰ ਇਸ ਗੁਰੂ ਘਰ ਦੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਜਿਨ੍ਹਾਂ ਨੇ ਆਹ ਚੀਜ਼ਾਂ ਜਿਹੜੀਆਂ ਇੱਥੇ ਸਾਂਭ ਕੇ ਰੱਖੀਆਂ ਹੋਣਗੀਆਂ ਅਤੇ ਜਿਹੜੀ ਸਾਡੀ ਅੱਜ ਦੀ ਪੀੜ੍ਹੀ ਆ ਹੈ ਨਾ ਉਹ ਆ ਕੇ ਇਹਨਾਂ ਨੂੰ ਦੇਖਦੀ ਹੋਊਗੀ ਜਿੱਦਾਂ ਹੁਣ ਤੁਸੀਂ ਦੇਖ ਲਓ ਆਈਟਮ ਨੰਬਰ 15 ਇਹ ਇੱਧਰੋਂ ਦਿਖਾਉਣ ਦੀ ਕੋਸ਼ਿਸ਼ ਕਰਦਾ ਜ਼ਿਆਦਾ ਵਧੀਆ ਹਾਂ ਅਤੇ ਇਹ ਕਿਰਪਾਨ ਹੈਗੀ ਆ ਜੀ ਭਾਈ ਗੁਰਜੰਟ ਸਿੰਘ ਜੀ ਦੀ ਇੱਧਰੋਂ ਦੇਖੋ ਅਤੇ ਇਹ ਹੈਗੀ ਆ ਜੀ ਸ਼ਰਟ ਅਤੇ ਦਸਤਾਰ ਭਾਈ ਗੁਰਜੰਟ ਸਿੰਘ ਜੀ ਵੱਧਵਾਲਾ ਜੀ ਦੀ ਅਤੇ ਇਹ ਹੈਗੀ ਆ ਜੀ ਕੜਾ ਸ਼ਹੀਦ ਭਾਈ ਸ਼ੀਤਲ ਸਿੰਘ ਮੱਤੇਵਾਲ ਦਾ ਅਤੇ ਹੈਗਾ ਜੀ ਆਈਟਮ 8 ਅਤੇ 9 ਸ਼ਹੀਦ ਭਾਈ ਪਰਮਿੰਦਰਜੀਤ ਸਿੰਘ ਰਾਣੀ ਬੱਬਰ ਪਰਸਨਲ ਡਾਇਰੀ
10 11 ਸ਼ਹੀਦ ਬੀਬੀ ਮਨਜੀਤ ਕੌਰ ਟੈਣੀ ਬੱਬਰ ਪਾਂਸਣ ਸ਼ੌਲ ਆ ਉਹਨਾਂ ਦਾ ਸ਼ਹੀਦ ਭਾਈ ਰਸਲ ਸਿੰਘ ਅਫਰੀਕੀ ਲਾਟ ਸਰਬਲੋਹ ਦਾ ਇਹ ਵੀ ਕੁਛ ਹੈਗਾ ਇਹ ਹੈਗੀ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਜੀ ਦਾ ਕੁਰਬਾਨ ਜਿਹੜੀ ਹੈ ਲੰਗਰ ਚੱਲਦਾ ਜੀ ਮੈਨੂੰ ਲੱਗਦਾ ਸਾਗ ਬਣਿਆ ਹੋਇਆ ਅਤੇ ਮੇਰਾ ਦਿਲ ਗਿਰੇ ਦਾ ਅਤੇ ਆਪਾਂ ਵੀ ਇੱਕ ਪ੍ਰਸ਼ਾਦਾ ਛੱਡ ਹੀ ਲੈਂਦੇ ਹਾਂ ਇਹਦੇ 'ਚ ਪਾਈਓ ਨਹੀਂ ਨਹੀਂ ਸਾਗ ਵਾਲੀ ਹੈ ਇਹਦੇ 'ਚ ਥੋੜ੍ਹਾ ਬਾਬਾ ਜੀ ਥੋੜ੍ਹਾ ਜੀ ਬਸ ਮਿਹਰਬਾਨੀ ਲੋ ਜੀ ਲੰਗਰ ਚੱਲਦਾ ਸੀ ਅਤੇ ਮੈਂ ਕਿਹਾ ਆਪਾਂ ਵੀ ਸਾਗ ਛਕੇ ਹੀ ਲੈਂਦੇ ਹਾਂ ਅਤੇ ਇੱਥੇ ਆਪਸ਼ਨ ਹੈਗੀ ਆ ਕਿ ਜੇ ਤੁਸੀਂ ਜਿਹੜੇ ਬਜ਼ੁਰਗ ਆ ਜਿਹਨਾਂ ਤੋਂ ਨਹੀਂ ਬੈਠ ਹੁੰਦਾ ਉਹ ਖੜ੍ਹ ਕੇ ਵੀ ਛਕ ਸਕਦੇ ਆ ਸੀ ਜੀ ਸਾਊਥ ਹਾਲ ਦੇ ਗੁਰੂ ਸਿੰਘ ਸਭਾ ਸਾਊਥ ਹਾਲ ਗੁਰੂ ਘਰ ਦੇ ਦਰਸ਼ਨ ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ।